ਮੱਝ ਦੇ ਉਸਤਾਦ ਬਿੰਦਰੂ ਨਹੀਂ ਲੈ ਕੇ ਆਏ ਆ। ਅੱਛਾ, ਕਿਆ ਮੱਝ ਆ ਦੇ? ਜਦੋਂ ਮਰਜ਼ੀ ਥਾਪੀ ਮਾਰ ਕੇ 20 ਕਿਲੋ ਦੁੱਧ ਚੋਲਾ। ਅੱਛਾ, ਮੱਝ ਦੇ ਦੱਸਦੇ ਇਹਨਾਂ ਦੀ ਵੀ ਚੰਗੀ ਆ, 10 ਕਿਲੋ ਦਿੰਦੀ ਆ, ਬਾਕੀ ਘਰ ਪਤਾ ਨਹੀਂ ਕਿਹੜਾ। ਉਹ ਬੈਠੇ ਮੁੰਡੇ ਪੁੱਛਦੇ ਆਪਾਂ ਉਹਨਾਂ ਨੂੰ। ਆਹੋ, ਆਦੇ ਬਾਹਰ ਬਾਹਰ ਰੱਖਦੇ। ਉਹ ਪਾਊ ਗੱਲ ਸੁਣੇ ਜਰਾ ਕੇ ਪਾਊ। ਟਹਿਲ ਸਿੰਘ ਦਾ ਘਰ ਕਿਹੜਾ ਜੇ? ਉਹ ਕਿਹੜਾ ਟਹਿਲ ਸਿੰਘ ਲੱਭਦੇ ਫਿਰਦੇ ਜੇ? ਇੱਥੇ ਟਹਿਲ ਸਿੰਘ 5-7 ਆ। ਉਹ ਯਾਰ ਮੱਝ ਵੇਚਦੇ, ਬਾਰ ਬਾਰ ਦੱਸਦੇ ਘਰ ਉਹਨਾਂ ਦਾ। ਅੱਛਾ, ਭੁੱਖਿਆਂ ਨਾਲ ਜਾਣਾ ਫਿਰ ਤੁਸੀਂ? ਭੁੱਖੇ ਪਤਾ ਨਹੀਂ ਰੱਜੇ, ਅਸੀਂ ਤੇ ਮੱਝ ਲੈਣ ਆਏ ਭਰਾਵਾ। ਓਏ, ਉਹੀ ਵੇਚਦੇ ਤੋਕੜ ਜੀ ਇੱਕ, ਜਿਹਦੇ ਸਿੰਘ 'ਚ ਕੀੜਾ, ਜਿਹੜੀ ਸਾਰੀ ਰਾਤ ਖੁਰਲੀ ਨੂੰ ਢੱਡਾ ਮਾਰਦੀ ਰਹਿੰਦੀ ਆ। ਨਹੀਂ ਨਹੀਂ, ਬਹੁਤ ਵਧੀਆ ਮੱਝ ਆ ਯਾਰ, 10 ਕਿਲੋ ਦੁੱਧ ਦਿੰਦੀ ਆ। ਆਹੋ, 10-12 ਦਿਨ ਇਕੱਠਾ ਕਰੀ, 10 ਕਿਲੋ ਤਾਂ ਹੋ ਹੀ ਜਾਂਦਾ ਨਾ। ਤੇ ਲੈ ਕੇ ਕਿਤੇ ਜਾਣੀ ਜੇ? ਕੁੱਕੜ ਕੱਕੜਾ ਕਲਿਆਂਦਾ ਕੋਈ ਛੋਟਾ ਥੀ? ਓਏ ਹਾਂ, 2-3 ਕਿਲੋਮੀਟਰ ਦੂਰ ਪਿੰਡ ਆ, ਆਪਾਂ ਡੰਡੇ ਲੈ ਆਏ, 1 ਲੈ ਜਣੀ ਅਸੀਂ। ਫੇਰ ਪਹੁੰਚ ਗਈ ਆ। ਓਏ, ਉਹਦੇ ਉੱਠ ਦੀ ਮਾਂ ਵਾ, ਕਾਂਦਰਾ ਢੋਲ ਵਾ ਕੇ ਤੁਹਾਡੀਆਂ ਤਾਰਾਂ ਕੱਢਦੇ ਆ। ਤੁਸੀਂ ਕਿੱਥੋਂ ਲੈ ਜਾਓ ਕਿ ਸਾਡੇ ਪਿੰਡ ਦਾ ਸਾਡੇ ਰੋੜਾ ਨਹੀਂ ਲੰਘਣੀ? ਓਏ, ਉਹਨੂੰ ਤਾਂ ਡਾਕਟਰ ਰਾਪੁਰ ਵਾਲਾ ਵੀ ਜਵਾਬ ਦੇ ਗਿਆ, ਕਹਿੰਦਾ ਦੁੱਧ ਹੀ ਆ, ਜਿੰਨਾ ਪੀਣਾ ਪੀ ਲਓ। ਉਹਦੇ ਦਹੀਂ ਦਹੀਂ ਮਿੰਟੀ ਤਾਰਾਂ ਕੱਢਦੇ ਆ ਵੀ ਚਲੋ ਜਿੰਨਾ ਜਾਣ ਲੱਗੀ ਚਾਹ ਜੋਗਾ ਦੇ ਜੀ। ਓਏ, ਇਹਨਾਂ ਦੇ 200 ਰੁਪਇਆ ਲੈਣਾ ਆਪਣਾ ਗਾਂ ਜਾਣਾ, ਤੂੰ ਕਿਹੜੇ ਚੱਕਰਾਂ 'ਚ ਪਿਆ? ਕਿਉਂ ਮਰੇ ਸੱਪ ਗਲ ਪਾਉਣ ਡਿਆ ਵਾ? ਉਹ ਭਾਊ, ਇਹਨਾਂ ਨੂੰ ਕੀ ਪਤਾ, ਆਪਾਂ ਹੋਰ ਕਿਹਨੂੰ ਪੁੱਛਦੇ ਆ ਜਾਂ ਜਾ ਚੱਲ ਜੋ। ਉਹ ਮੁੰਡਿਆ ਜੇ, ਮੁੰਡਾ ਉੱਧਰ ਹੀ ਰਹਿੰਦਾ ਜੇ, ਇਹਨੂੰ ਪੁੱਛ ਲਓ, ਇਹਨੇ ਉੱਧਰ ਹੀ ਜਾਣਾ। ਲੈ ਜੀ, ਛੱਡ ਆਊ ਤੁਹਾਨੂੰ। ਭਰਾਵਾ, ਗੱਲ ਨਾ ਬਾਰੀ ਤਰੀਫਾਂ ਸੁਣੀ ਦੀਆਂ ਤੋਂ ਮੱਝ ਦੀਆਂ। ਹੈਲੋ ਬਾਬਾ ਗੁਰਬਸਾ। ਯਾਰ ਬਾਬੇ ਗੁਰਬਸੇ, ਮੱਝ ਵਕਾ ਯਾਰ, ਕੀ ਕਰਨੇ ਆ? ਉਹ ਤੂੰ ਗਾਹਗੂ ਘੱਲ, 100-50 ਤੈਨੂੰ ਵੱਧ ਲੈਣੀ ਯਾਰ, 500 ਲੈਣੀ, ਤੂੰ ਕੰਮ ਕਢਾ ਦੇ ਪਰੇ। ਉਹ ਦੁੱਧ ਦੁੱਧ ਦੇਣ ਨਹੀਂ ਦੇਈ ਯਾਰ, ਕਢਾ ਵਾ ਪਰਾਂ ਉਹਨੂੰ ਹਣਾ। ਹੋਰ ਭਾਊ, ਕੀ ਹਾਲ? ਕੀ ਹਾਲ ਜੇ? ਯਾਰ ਟਹਿਲ ਸਿੰਘ ਦੇ ਘਰ ਜਾਣਾ, ਭੁੱਖੇ ਭੁੱਖੇ ਆਉਂਦੇ ਉਹਨਾਂ ਨੂੰ ਪਿੰਡ 'ਚ। ਭੁੱਖੇ ਕੌਣ ਹੁੰਦੇ ਓਏ? ਪਾਪਾ ਇਹ ਮੇਰਾ, ਉਹ ਸਰਦਾਰ ਟਹਿਲ ਸਿੰਘ ਆ ਨਾਂ ਉਹਦਾ। ਉਹ ਤੂੰ ਤੇ ਗਾਲੀ ਪੈ ਗਿਆ ਭਰਾਵਾ, ਤੁਹਾਡੇ ਪਿੰਡ ਦੇ ਬੰਦਿਆਂ ਨੇ ਉਹਨੂੰ ਦੱਸਿਆ, ਅਸੀਂ ਤੇ ਮੱਝ ਲੈਣ ਆਏ ਆ। ਕੁਛ ਮੱਝ ਲੈਣ ਆਏ ਜੋ? ਹੋਰ, ਓਏ ਉਹ ਸਾਹਮਣੇ ਗਲੀ ਜਾ ਕੇ ਨਾ, ਤੇ ਨਾਲ ਹੀ ਆਪਣੀ ਬੰਬੀ ਤੇ ਪਾਪਾ ਮੇਰਾ ਉੱਥੇ ਬੈਠਾ ਏ, ਤੇ ਇੰਜ ਕਰੋ ਮੱਝ ਦੀ ਡਿਮਾਂਡ ਬੜੀ ਓ, ਟਾਈਮ ਨਾਲ ਨਿਕਲ ਜਾਓ ਉੱਥੇ, ਦਾਲ ਲਾ ਲਓ ਜੇ ਤੁਹਾਡਾ ਲੱਗਦਾ ਦੇ। ਚੱਲ ਗਏ ਜਾ। ਉਹ ਸੱਚ, ਉਹ ਤੁਹਾਨੂੰ ਭੁੱਖੇ ਭੁੱਖੇ ਕਿਹਨੇ ਦੱਸਿਆ ਸੀ? ਉਹ ਇੱਥੇ 3-4 ਮੁੰਡੇ ਪਿੰਡ ਦੇ ਤੁਹਾਡੇ ਦੇ ਬੈਠੇ, ਉਹਨਾਂ ਦੱਸਿਆ। ਥੋੜਾ ਦੱਸਿਆ ਵਾ, ਪਤਾ ਨੀ ਕਿੰਨੇ ਕਿਤੇ ਪਿੱਛੋਂ ਕਹਿਤਾ ਹੋਣਾ। ਪੱਕੀ ਗੱਲ ਆ? ਹੋਰ, ਆਪਾਂ ਤੇ ਭਰਾਵਾ ਤੁਹਾਡੇ ਪਿੱਛੇ ਲੜਦੇ ਫਿਰਦੇ ਲੋਕਾਂ ਨਾਲ, ਵੀ ਇਹਨਾਂ ਨੂੰ ਕਿਉਂ ਭੁੱਖੇ ਭੁੱਖੇ ਆਉਂਦੇ ਜੀ? ਯਾਰ ਕੋਈ ਦੱਸਾਂ, ਲਾਹਾਂ ਕੋਈ ਸਕੀਮ ਯਾਰ, ਕਿੱਦਾਂ ਲਟਾਈਏ? ਬੜੀ ਜਾਨ ਤੰਗ ਕੀਤੀ ਯਾਰ ਲੋਕਾਂ ਨੇ, ਪਤਾ ਨਹੀਂ ਯਾਰ ਸਾਡੇ ਵੱਡੇ ਵਡੇਰੇ ਕੀ ਕਹਿ ਗਏ ਤੇ ਕੀ ਨਹੀਂ, ਤੇ ਕਿੱਦਾਂ ਭੁੱਖੇ ਸਾਨੂੰ ਕਹੀ ਜਾਂਦੇ ਆ। ਓਏ, ਤੁਹਾਡੀ ਤੇ ਅੱਲ ਬੜੀ ਛੇਤੀ ਹਟ ਜਾਣੀ ਆ, ਤੁਹਾਨੂੰ ਭੁੱਖੇ ਆਉਂਦੇ ਆ ਨਾ। ਆਹੋ ਆਹੋ, ਤੇ ਤੁਸੀਂ ਕੋਈ ਰੱਜੇ ਵਾਲਾ ਕੰਮ ਕਰੋ, ਤੁਹਾਨੂੰ ਰੱਜੇ ਰੱਜੇ ਕਹਿਣ ਲੱਗ ਪੈਣਾ ਲੋਕਾਂ। ਕੀ ਕਰੀਏ, ਲਾਹਾਂ ਕੋਈ ਸਕੀਮ ਯਾਰ? ਆਹ ਤੈਨੂੰ ਬਹਿ, ਤੈਨੂੰ ਮੈਂ ਦੱਸਦਾ ਗੱਲ ਸੁਣ ਮੇਰੀ। ਹਾਂਜੀ, ਬੋੜੀ ਤਲਵਾਬ ਲੰਗਰ ਜਲੇਬ ਪਾਓ। ਅੱਛਾ, ਲੋਕਾਂ ਨੇ ਜਦੋਂ ਡੋਲੂ ਭਰ ਭਰ ਘਰਾਂ ਨੂੰ ਖੜੇ ਨਾ, ਉਹਨਾਂ ਭੁੱਲ ਜਾਣਾ ਵੀ ਤੁਸੀਂ ਭੁੱਖੇ ਹੋ। ਪੱਕੀ ਗੱਲ? ਹੋਰ, ਉਹਨਾਂ ਨੇ ਵੇਖੀਆਂ 10-12 ਦਿਨਾਂ ਦੀ ਗੱਲ ਆ, ਆਪੇ ਤੁਹਾਨੂੰ ਰੱਜੇ ਰੱਜੇ ਕਹਿਣ ਲੱਗ ਪੈਣਾ ਲੋਕਾਂ ਨੇ। ਮੈਂ ਉਸਤਾਦ, ਜੇ ਤੋਕੜ ਦੀ ਵਿਕਦੀ ਆ ਨਾ, ਉਹਨੂੰ ਵੇਚ ਕੇ ਤੇ ਲਾਓ ਲੰਗਰ, ਨਾਲੇ ਫੁੱਲ ਤੇ ਨਾਲੇ ਫਲੀ। ਉਦਾਂ ਵੀ ਅੱਜ ਭਲਕੀ ਆ, ਕਰਦਾ ਮੈਂ ਗੱਲ ਭਾਪੇ ਨਾ, ਭਾਪੇ ਨੇ ਤੇ ਮੰਨਣਾ ਨਹੀਂ, ਲਾਉਣਾ ਕੁਝ ਗੱਲ। ਕਰੀ ਕਰੀ ਗੱਲ ਜ਼ਰੂਰ। ਹਾਂ, ਕੀ ਲੱਗਦਾ ਉਸਤਾਦ, ਲੋਕੀ ਹਟ ਜਾਣਗੇ ਇਹਨਾਂ ਨੂੰ ਭੁੱਖੇ ਭੁੱਖੇ ਕਹਿਣਾ? ਉਹ ਹਟਣਗੇ ਤੇ ਨਾ ਹਟਣਗੇ ਸਾਨੂੰ ਨਹੀਂ ਪਤਾ, ਆਪਾਂ ਤਾਂ ਜਲੇਬ ਖਾਵਾਂਗੇ ਨਾ। ਅੱਜ ਨਹੀਂ ਮੈਂ ਛੱਡਦਾ ਇਹਨੂੰ, ਮੇਰਾ ਖਰਚਾ ਵੀ ਕਰਾਤਾ ਤੇ ਘਰੋਂ ਛਤਰ ਵੀ ਪਵਾਤੇ ਨੇ। ਸੁੱਖਾ ਕਿਤੇ ਡਾਂ ਚੁੱਕੀ ਫਿਰਨ ਡਿਆ, ਇਹ ਨਾਲੀਆਂ ਦੇ ਡੱਕੇ ਡੁੱਕੇ ਕੱਢਦਾ ਫਿਰਦਾ ਹੋਣਾ। ਮੈਨੂੰ ਨਹੀਂ ਲੱਗਦਾ ਜਿਹੜੇ ਸਾਨੂੰ ਗੁੱਸੇ 'ਚ ਆ ਰਿਹਾ ਅੱਜ। ਅੱਜ ਨਹੀਂ ਮੈਂ ਛੱਡਦਾ ਤੈਨੂੰ। ਉਹ ਗੱਲ ਸੁਣਾ, ਗੱਲ ਕੀ ਹੋਈ ਆ? ਗੱਲ ਕੀ ਹੋਣੀ ਆ? ਇਹ ਮੈਨੂੰ ਕਹਿੰਦਾ ਵੀ ਲੋਕਾਂ ਨੂੰ ਖਵਾ ਦਿਓ, ਲੰਗਰ ਲਾ ਦਿਓ, ਤੇ ਲੋਕੀ ਸਾਨੂੰ ਭੁੱਖਿਆਂ ਭੁੱਖਿਆਂ ਕਹਿਣੋਂ ਹਟ ਜਾਣਗੇ। ਤੇ ਫਿਰ ਐ ਬੋੜੀ ਤੋਂ ਪਿੰਡ ਨੂੰ ਜਾਣ ਦਿਆ। ਹਾਂ ਫਿਰ, ਆਪਣੇ ਪਿੰਡ ਦੇ ਸਕੂਲ ਦੇ ਮੁੰਡੇ ਨਹੀਂ ਜਿਹੜੇ? ਦੂਜੇ ਪਿੰਡ ਦੇ ਮੁੰਡਿਆਂ ਨੂੰ ਕਹਿੰਦੇ ਆ ਜਾਓ ਬੋੜੀ ਤੇ, ਸਾਡੇ ਪਿੰਡ ਦੇ ਭੁੱਖਿਆਂ ਨੇ ਉੱਥੇ ਲੰਗਰ ਲਾਇਆ, ਇਹਨਾਂ ਨੇ ਸਾਡੀ ਹੋਰਾਂ ਪਿੰਡਾਂ ਦੀ ਮਸ਼ਹੂਰੀ ਕਰਾਤੀ ਇਹਨੇ।